ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ YouTube ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਸੋ ਅੱਜ ਦੀ ਵੀਡੀਓ ਵਿੱਚ ਪੂਰੇ ਸਹੀ 30 ਨਗ ਗਿਣਤੀ ਵਾਲੇ ਦਿਖਾਉਣੇ ਆ। ਛੀਨੀਵਾਲ ਅਗਲਾ ਡੇਅਰੀ ਫਾਰਮ ਇੱਥੇ ਪਹੁੰਚਿਆ, ਡਿਟੇਲ ਵੀਰ ਤੋਂ ਪਹੁੰਚਿਆ, ਜਰਸੀ ਤੋਂ ਲੈ ਕੇ HF ਐਰ ਸੈਰ ਸਾਹੀਵਾਲ ਕਰੋਸ ਹਰੇਕ ਤਰ੍ਹਾਂ ਦਾ ਮਾਲ ਇੱਥੇ ਹਾਜ਼ਰ ਹੈ। 1 ਕਿੱਲੇ 'ਤੇ 30 ਨਗ ਇਕੱਠੇ ਕਰਨੇ, ਕੋਈ ਖਾਲਾ ਜੀ ਦਾ ਬਾੜਾ ਨਹੀਂ। ਅਤੇ ਮੇਨ ਗੱਲ 30 ਜਿਵੇਂ ਕਹਿੰਦੇ ਭਰੇ ਕਮਾਦ ਦੇ ਵਿੱਚੋਂ ਗੰਨਾ ਮਰਜ਼ੀ ਦਾ ਪੱਟੋਗੇ ਜਿਹੜਾ ਤੁਹਾਨੂੰ ਚੰਗਾ ਲੱਗੂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਨਾਮ ਡਰੈਸ ਦੱਸੋ ਜੀ ਆਪਣਾ। ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਹੈ। ਸ਼ੁਰੂ 'ਚ ਇੱਕ ਚੀਜ਼ ਮੈਂ ਕਰਦਾ ਬੇਨਤੀ, ਵੀਡੀਓ ਸਾਰੀ ਦੇਖ ਲਿਆ ਕਰੋ ਵੀਰੇ, ਵੀਡੀਓ ਵਿੱਚੋਂ ਸਾਰਾ ਕੁਛ ਮਿਲਦਾ ਹੈਗਾ। ਆ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ, ਪਿੰਡ ਆਪਣਾ ਸੀਨੀਵਾਲ ਕਲਾਂ ਹੈਗਾ, ਵੱਡਾ ਸੀਨੀਵਾਲ ਜਿਹੜਾ ਫਾਰਮ ਆ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਾਲੀ ਸੜਕ 'ਤੇ ਆਪਣਾ ਫਾਰਮ ਆ ਜਿਹੜਾ ਵੀਰੇ ਬਰਨਾਲਾ ਗਾ। ਕਰੰਟ ਨੰਬਰ ਨੋਟ ਕਰ ਲਓ 6287131934, 6287131934 ਵੀਰੇ। ਮੇਰਾ ਵਟਸਐਪ ਵੀ ਇਸੇ ਨੰਬਰ 'ਤੇ ਚੱਲਦਾ ਗਾ, ਹੈਲੋ ਦਾ ਮੈਸੇਜ ਕਰੋਗੇ, ਜਿਹੜੀ ਮੇਰੀ ਲੋਕੇਸ਼ਨ ਆ ਉਹ ਤੁਹਾਨੂੰ ਵਟਸਐਪ 'ਤੇ ਆਟੋਮੈਟਿਕ ਆ ਜੂਗੀ, ਉਹਤੇ ਟੱਚ ਕਰਕੇ ਜੋ ਸਿੱਧੀ ਫਾਰਮ 'ਤੇ ਲੈ ਕੇ ਆਊਗੀ। ਅੱਜ ਆਪਾਂ 29 ਤਰੀਕ ਨੂੰ ਵੀਡੀਓ ਕਵਰ ਕਰਦੇ ਹਾਂ, 29 ਤਰੀਕ ਨੂੰ ਵੀਡੀਓ ਕਵਰ ਕਰਦੇ ਹਾਂ, 2 ਵਜੇ ਚਾਲੂ ਕਰਾਂਗੇ। ਕੱਲ ਨੂੰ 30 ਦਾ ਐਤਵਾਰ, ਕੱਲ ਨੂੰ ਵੀ ਕੋਈ ਵੀਰ ਨਾ ਆਵੇ, ਇਹ ਕਰਨ ਵਾਲੀਆਂ ਵੀਰੇ ਪਰੀਆਂ ਆਪਾਂ ਪਰਮਾਤਮਾ ਦੀ ਕਿਰਪਾ ਸਦਕਾ 1 ਤਰੀਕ ਨੂੰ ਵੇਚਾਂਗੇ। 1 ਤਰੀਕ 7ਵਾਂ ਮਹੀਨਾ 2024 ਦਿਨ ਵੀਰੇ ਸੋਮਵਾਰ ਬਣਦਾ ਗਾ, ਉਦੇ ਪਰਮਾਤਮਾ ਦੀ ਕਿਰਪਾ ਸਦਕਾ ਸਵੇਰੇ 7 ਵਜੇ ਸੌਦੇ ਆਪਾਂ ਨਾ ਕਰਨ ਵਾਲੀਆਂ ਨੇ ਚਾਲੂ ਕਰ ਦਿਆਂਗੇ। ਜਿਹੜਾ ਮਰਜ਼ੀ ਵੀਰ ਆਵੇ 30 ਗਾਈਆਂ ਲਾ ਜੇ, ਕੱਲ ਨੂੰ ਨਾ ਕੋਈ ਵੀਰ ਆਵੇ ਗੇੜਾ ਲੱਗੂ ਵੀਰੇ, ਇਹਨਾਂ ਕਹਿੰਦੇ ਸਾਡਾ ਗੇੜਾ ਲੱਗ ਗਿਆ, ਕਿਉਂਕਿ ਵੀਰੇ ਸਾਰਾ ਮਾਲ ਅਸੀਂ ਗਰਾਊਂਡ 'ਚ ਮਗਰਾ ਦੇ ਫਾਰਮ 'ਚ ਲਾ ਦੇਣਾ, ਮਗਰ ਫਾਰਮ 'ਚ ਕੋਈ ਵੀ ਬੰਦਾ ਨਹੀਂ ਜਾਂਦਾ, ਨਾ ਹੀ ਵੀਰੇ 2 ਦਿਨ ਮੈਂ ਘਰੇ ਮਿਲਾ। ਠੀਕ ਹੈ, ਹਾਂ ਇਹ 1 ਤਰੀਕ ਨੂੰ ਮਾਲ ਵੇਚਾਂਗੇ, ਉੱਥੇ ਵੇਚਣ ਤੋਂ ਅੱਗੇ ਹੁਣ ਇਦੂ ਅਗਲੇ ਲਾੜੇ ਜਿਹੜਾ ਆਪਾਂ ਕੱਢਣੇ, ਇਦੂ ਬਾਅਦ ਅਗਲਾ ਆਪਾਂ 10 ਤਰੀਕ ਦਾ ਕੱਢਾਂਗੇ 1 ਜੀ, ਠੀਕ ਆ ਜੀ। ਉੱਥੇ ਆਪਣਾ ਬਣਦਾ ਬੁੱਧਵਾਰ, ਫਿਰ 17 ਦਾ ਬੁੱਧਵਾਰ ਬਣਦਾ ਗਾ, ਫਿਰ ਜਿਹੜੇ ਮੇਰਾ 25 ਦਾ ਉਹਦਾ ਵੀਰਵਾਰ ਬਣਦਾ ਗਾ, ਫਿਰ 31 ਦਾ ਫਿਰ ਬੁੱਧਵਾਰ ਬਣਦਾ ਗਾ। ਠੀਕ ਹੈ, ਇਹ ਮਹੀਨੇ ਦੇ ਆਪਣੇ ਅਲਾਟ ਹੈਗੇ ਨੇ ਦੋ। ਪਹਿਲਾ ਨੰਬਰ ਜਿਹੜੀ ਵੈਡ ਦੇਖੀ ਜਾਂਦੇ ਆ, ਕੱਢੀ ਬੁੱਧ ਕਰਾਂ ਸ਼ੇਰ ਬਣਾਉਣ ਦਾ ਕੱਢ ਦੇ ਮੇਰਾ ਪੁੱਤ। ਠੀਕ ਹੈ, ਇਹ ਵੀ ਜੀ ਕਾਨੂੰਨ ਦੱਸੀ ਆ ਮੂੰਹੋਂ ਚਾਰ ਦਿੰਦਾ, ਕਿਉਂਕਿ ਤੇਜ਼ੀ ਇਸ ਕਰਕੇ ਕਰਦੇ ਆ ਵੀਰ ਦਿਨ ਖੜੇ, ਕਿਉਂਕਿ ਵੀਰੇ ਵੀਡੀਓ ਬੜੀ ਲੰਮੀ ਬਣ ਜਾਂਦੇ, ਫਿਰ ਹਰ ਵੀਰ ਨਹੀਂ ਦੇਖਦਾ ਗਾ। ਠੀਕ ਹੈ, ਤੇ ਤਾਜ਼ੀ ਸੂਈ ਆ ਵੀਰੇ ਜਿਹੜੀਆਂ ਮੈਡਮ ਆਪਣੀਆਂ ਸੂਈਆਂ ਨੇ, 16 ਨਗ ਤਾਜ਼ੇ ਸੂਏ ਆ। ਠੀਕ ਹੈ, ਤੇ 30 ਨਗ ਆਪਾਂ ਕੈਮਰੇ ਸਾਹਮਣੇ ਹੁਣ ਦਿਖਾ ਦਿਆਂਗੇ, ਤੇ ਆਪਣੇ 5 ਨਗ ਤਕਰੀਬਨ ਮੰਨ ਕੇ ਚੱਲ ਹੋਰ ਹੈਗੇ ਨੇ, ਉਹ 35 ਨਗ ਟੋਟਲ ਹੋਣਗੇ। ਇਹਨਾਂ 16 ਬੱਸੀਆਂ ਤਾਜ਼ੀਆਂ ਸੂਈਆਂ ਨੇ, 19 ਬੜਾ ਸੂਣ ਵਾਲੀਆਂ ਨੇ 5-4 ਦਿਨ ਦੇ ਵਿੱਚ। ਠੀਕ ਹੈ, 13 ਮਗਰ ਬੱਚੀਆਂ ਜਿਹੜੀਆਂ 16 ਸੂਈਆਂ, 13 ਮਗਰ ਬੱਸੀਆਂ, 3 ਮਗਰੀ ਬੱਸੇ ਆ। ਠੀਕ ਹੈ, ਕੋਕੜ ਵੜਾ ਲਾ ਵੀਰ ਫੂਨ ਨਾਲ ਆਵੇ, ਛੋਟੀਆਂ ਬੱਚੀਆਂ ਵੀਰ ਫੂਨ ਨਾਲ ਆਵੇ। ਠੀਕ ਹੈ, ਇੱਕ ਚੀਜ਼ ਮੈਂ ਜ਼ਰੂਰ ਕਹਿੰਦਾ, ਜੋ ਸਾਡੇ ਫਾਰਮ ਦੇ ਨਾਲ ਬਾਹਰੋਂ ਰੇਟ ਦਾ ਉਹਦਾ ਲਾਜ਼ਮੀ ਪਤਾ ਕਰਕੇ ਆ ਜਾਣਾ, ਬਾਹਰੋਂ ਵੀਰੇ ਰੇਟ ਪਤਾ ਕਰੇ ਹੋਣਗੇ ਵੀਰ ਦੇ, ਮੈਂ ਪੂਰੇ ਚੈਲੰਜ ਨਾਲ ਕਹਿ ਸਕਦਾ ਸਾਡੇ ਫਾਰਮ ਤੇ ਵੀਰੇ 10 ਤੋਂ 15 ਹਜ਼ਾਰ ਦਾ ਰਿਜ਼ਲਟ ਮਿਲੂਗਾ। ਤੋਰੋ ਸਰਪੰਚ ਸਾਹਿਬ 2 ਨੰਬਰ ਪਹਿਲਾ ਸੂਆ ਵੀਰੇ, ਇਹ ਕਾਨੂੰਨ ਆ, ਇਹ ਬੱਸੀ ਵੀਰੇ 2 ਦੰਦ ਹਜੇ ਚੱਕਦੀ ਆ ਕਰਮ ਵਾਲੀ। ਠੀਕ ਹੈ, ਇਹ ਦੁੱਗਦੇ ਹਜੇ ਚੱਕਦੀ ਆ, ਜਿਹੜਾ ਮਾਲ ਆ ਵੀਰੇ ਜ਼ਿਆਦਾਤਰ ਮਾਲ ਜਿਹੜਾ ਹੈਗਾ ਸਾਡਾ ਫਾਰਮਾਂ ਦੇ ਵਿੱਚੋਂ ਲਿਆ ਵਾ। ਠੀਕ ਹੈ, ਤੇ ਜਿਹੜੇ ਮਾਲ ਆ ਵੀਰੇ A to Z ਜਾਣੀ ਆਪਾਂ ਕੋਲ ਸਾਰੀਆਂ ਨਹੀਂ ਕਹਿ ਸਕਦੇ, ਕੋਈ 10 ਕੁ ਬੈੜਾਂ ਜਿਹੜੀਆਂ ਹੈਗੀਆਂ ਬਿਨਾਂ ਰਿਕਾਰਡ ਤੋਂ ਆ। ਠੀਕ ਹੈ, ਬਾਕੀ ਸਾਰੀਆਂ ਬੜਨਾਂ ਜਿਹੜਾ ਰਿਕਾਰਡ ਆ ਆਪਾਂ ਨੂੰ ਇਹਨਾਂ ਦੀ ਬਲੱਡ ਲਾਈਨ ਆ ਉਹ ਲਿਖਤੀ ਰੂਪ ਦੇ ਵਿੱਚ ਮਿਲੀ ਆ ਵੀਰੇ, ਲਿਖਤੀ ਰੂਪ ਦੇ ਵਿੱਚ ਦੇਵਾਂਗੇ। ਠੀਕ ਹੈ, ਹਾਂ ਜਿਵੇਂ ਮੌਲੀ ਦੀ ਗੱਲ ਨੂੰ ਫਿਰ ਕਹਿ ਦੂੰ ਵੀ ਇਹਦੀ ਬਲੱਡ ਲਾਈਨ, ਉਹਦਾ ਵੀਰੇ ਫਿਰ ਜੁੱਤੀਆਂ ਖਾਣ ਹੁੰਦਾ ਹੈਗਾ, ਫਿਰ ਮੈਂ ਆਪਦੇ ਆਪ ਨੂੰ ਝੂਠਾ ਕਹਾਉਣਾ ਵੀਰੇ, ਫਿਰ ਤਾਂ ਮਹੀਨੇ ਚ ਮਾਰਕੀਟ ਸਾਨੂੰ ਬੰਦਾ ਕਰ ਲਿਆ ਦਾ ਹੁੰਦਾ। ਤੇ ਰੇਟ ਕਿੱਥੋਂ ਚੱਲਣਗੇ? ਰੇਟ ਵੀ ਆਪਣਾ ਸ਼ੁਰੂ ਦਾ ਰੇਟ 50 ਹਜ਼ਾਰ ਆ, ਤੇ ਐਂਡ ਵਾਲਾ ਰੇਟ ਵੀਰੇ ਆਪਣਾ ਹੋਊਗਾ 90 ਹਜ਼ਾਰ ਬੇਟਾ, 2 ਦਿਨਾਂ ਦੇ ਨਾਲ। ਸ਼ੁਰੂ ਦਾ ਰੇਟ ਵੀਰੇ ਆਪਣਾ 50 ਹਜ਼ਾਰ ਆ, 55, 60, 65, 65 ਇਸ ਤਰ੍ਹਾਂ ਕਰਦਾ, ਐਂਡ ਵਾਲਾ ਰੇਟ ਵੀਰੇ ਆਪਣਾ 90 ਹਜ਼ਾਰ। 90 ਤਾਂ ਮਹਿੰਗੀ ਕੋਈ ਨਹੀਂ, 90 ਤਾਂ ਕੋਈ ਵਾਰ ਨਹੀਂ ਹੈਗੀ ਗੀ ਵੀਰੇ, ਨਾ 50 ਵਾਲੇ ਸਾਰੇ ਸੌਦੇ, ਨਾ ਸਾਰੇ ਸੌਦੇ 90 ਵਾਲੇ ਆ, 50 ਤੋਂ ਸ਼ੁਰੂ ਆ ਐਂਡ 90 ਆ। ਜ਼ਿਆਦਾ ਸੌਦੇ ਸਾਡੇ ਫਾਰਮ ਜਿਹੜੇ ਵਧੀਆ ਸ਼ਾਨਦਾਰ ਮਾਲ ਹੈਗਾ ਕੁਆਲਿਟੀਦਾਰ, ਉਹ 60 ਤੋਂ ਲੈ ਕੇ 80 ਦੇ ਵਿੱਚ ਆ। ਇਹਦੇ ਵਿੱਚ ਵੀਰੇ ਤੁਹਾਨੂੰ 18 ਲੀਟਰ ਤੋਂ ਲੈ ਕੇ
ਛੱਬੀ ਸਤਾਈ ਕਿਲੋ ਤੱਕ ਬੈਡ ਮਿਲ ਜੂਗੀ। ਇਹ ਦੁੱਧ ਉਹ ਦੱਸਦਾ ਨਾ ਕੰਡੇ ਦਾ ਤੋੜ ਕੇ ਵਾਲਾ, ਠੀਕ ਹੈ, ਇੱਕ ਵਪਾਰੀਆਂ ਦੀ ਜੀਭ ਵਾਲਾ ਹੁੰਦਾ ਉਹ ਨੀ ਗਾ, ਠੀਕ ਹੈ। ਜੇ ਸਾਡੇ ਫਾਰਮ ਤੇ ਵੀਰੇ ਤੁਸੀਂ 60 ਤੋਂ ਲੈ ਕੇ 80 ਦੇ ਵਿੱਚ ਲਾਉਣੇ ਹੋ ਤਾਂ ਤੁਹਾਨੂੰ 18-19 ਲੀਟਰ ਤੋਂ ਲੈ ਕੇ 26-27 ਕਿਲੋ ਤੱਕ ਅਸੀਂ ਬੈਡ ਦੁੱਧ ਤੋੜ ਕੇ ਦੇ ਸਕਦੇ ਕੰਡੇ ਤੇ। ਸਾਫ ਸੁਥਰੀ ਆ ਚਾਰੇ ਪਾਸੋਂ, ਬਾਹਲ ਹੀ ਸਾਫ ਆ ਵੀਰੇ। ਹਜੇ ਇਹਦਾ ਜਾਣੀ ਦੀ ਹਫਤਾ ਸੂਣ ਦੀ ਬਾਈ ਤਾਂ ਕੋਈ ਨੀ ਹੈਗੀ ਕਰਮ ਵਾਲੀ। ਦੇਖੋ ਵੀਰੇ ਬਿਲਕੁਲ ਦੁੱਧ ਦੰਦੀਆਂ ਦੇ ਵਿੱਚ ਖੀਰੀ ਬੱਸੀ ਆ, ਪੋਲੀ ਬਹੁਤ ਆ ਥੱਲੋਂ ਨਾ, ਬਿਲਕੁਲ ਵੀਰੇ ਥੱਲੇ ਦੇਸੀ ਮਖਿਆਲ ਤੋੜ ਦੋ ਸਰਪੰਚ ਸਾਹਿਬ ਜੀ ਮੂਹਰ ਨੂੰ ਤੋੜ ਦੇ ਮਾੜੀ ਜੀ। ਸਾਡੀ ਵੀਡੀਓ ਦਾ ਵੀਰੇ ਕੋਈ ਵੀਰ ਸਕਰੀਨਸ਼ਾਟ ਲੈ ਲੇਵੇ, ਲੈ ਕੇ ਇੱਥੇ ਆ ਜੇ, ਕੱਲੀਆਂ ਮੂੰਹ ਵਾਲੀਆਂ ਗੱਲਾਂ ਨਹੀਂ ਹੋਣੀਆਂ ਕਹਿਣ ਦੀਆਂ, ਇੱਥੇ ਆਵੋਗੇ ਤਾਂ ਜਿਹੜੀ ਕਹਾਂਗੇ ਉਹੀ ਮਿਲੂਗੀ। ਜੇ ਬੰਦਾ ਸਾਨੂੰ ਵੀਰੇ ਕਿਸੇ ਜਿਹੜੀ ਚੀਜ਼ ਕਹਿਣ ਤੋਂ ਬਿਨਾਂ ਝੂਠਾ ਕਰਦੇ ਸੀ ਉਹ ਚੀਜ਼ ਦੀ ਦੇਣਦਾਰ ਹੋਣਾ, ਠੀਕ ਹੈ। ਹਾਂਜੀ, ਅੱਗੇ ਨਾ ਜਿਹੜੀ ਬੱਚੀ ਦੇਖੇ ਨਾ ਚੀਨੀ ਬੱਚੀ, ਇਹ ਵੀਰੇ ਦੂਜਾ ਸੂਆ ਤੋਰ ਦੇ ਬੇਟਾ, ਦੂਜਾ ਸੂਆ ਰਿਕਾਰਡ ਬਹੁਤ ਸੋਹਣਾ ਗਿਆ ਇਹਦਾ, ਯਾਨੀ ਕਿ ਜਿਹੜਾ ਸਰਕਾਰ ਨੇ 27-28 ਕਿਲੋ ਦਾ ਰਿਕਾਰਡ ਹੈਗਾ ਇਹਦਾ ਬੈਠ ਦਾ ਪਿਛਲੇ ਵਾਰ ਦਾ। ਹਾਂਜੀ, ਤੇ ਸੂਆ ਦੂਜਾ ਸੂੰਦੀ ਆ ਤੇ ਲੇਵੇ ਲੂਵੇ ਦਾ ਵੀਰੇ ਰਿਕਾਰਡ ਖੋਲੇ ਪਏ ਦੇਖੋ ਬੈਠ ਦੇ ਤੇ ਘਰੂ, ਯਾਨੀ ਸਾਡਾ ਜਿਹੜਾ ਜ਼ਿਆਦਾ ਮਾਲ ਆ ਵੀਰੇ ਅਸੀਂ ਘਰੂ ਵੀਰਾਂ ਨੂੰ ਜ਼ਿਆਦਾ ਬੈਠਾਂ ਦੇ ਕੇ ਖੁਸ਼ ਰਹਿੰਦੇ ਹਾਂ, ਠੀਕ ਹੈ, ਕਿਉਂਕਿ ਪਹਿਲਾਂ ਅਸੀਂ ਮਾਲ ਬਾਹਰ ਬਾਹਲਾ ਭੇਜਦੇ ਸੀਗੇ, ਕਿਉਂਕਿ ਵੀਰੇ ਜੇ ਆਪਾਂ ਬਾਹਰ ਮਾਲ ਭੇਜਦੇ ਵਿਚਾਰੇ 15 ਦਿਨਾਂ 'ਚ ਮੁੜਦੇ ਸੀ ਉਹਨਾਂ ਦਾ, ਮਗਰ ਕਾਰੋਬਾਰ ਖਰਾਬ ਹੋ ਜਾਂਦਾ ਸੀ, ਠੀਕ ਹੈ। ਸਾਡੇ ਮਨ ਨੇ ਸੋਚਿਆ ਵੀ ਜੇ ਮਨਾ ਆਪਾਂ ਬੈੜਾ ਭੇਜੀ ਜਾਂਦੇ ਹਾਂ ਵੀ ਸਾਡੇ ਨਾਲ ਦੇ ਸਾਰੇ ਪੰਜਾਬ ਖਾਣੇ ਕਿੰਨੇ ਗਾ, ਹੈ ਨਾ, ਠੀਕ ਹੈ, ਫਿਰ ਆਪਾਂ ਆਪਣੀਆਂ ਗਾਈਆਂ ਮੁਕਾ ਲਾਂਗੇ। ਹੁਣ ਅਸੀਂ ਜ਼ਿਆਦਾ ਪੰਜਾਬ 'ਚ ਮਾਲ ਭੇਜਦੇ ਹਾਂ, 2 ਸਾਲ ਹੋ ਗਏ ਸਾਨੂੰ ਅਸੀਂ ਬਾਹਰ ਮਾਲ ਭੇਜਣਾ ਹੀ ਬਹੁਤ ਘਟਾਤਾ, ਜਿਹੜਾ ਕੋਈ ਜ਼ਿਆਦਾ ਯਾਰ ਮਿੱਤਰ ਬੰਦਾ ਉਹਨੂੰ ਦਿੰਦੇ ਹਾਂ। ਅੱਗੇ 6ਵਾਂ ਨੰਬਰ ਆ ਗਿਆ ਜੀ, ਧੋਰ ਸਰਪੰਚ ਸਾਹਿਬ ਵੀਰੇ ਬੱਸੀ ਦੇਖੋ ਕਬੂਤਰ ਦਾ ਬੱਚਾ ਹੀ ਜਾਣਾ, ਵੀਡੀਓ ਤੋਂ ਕਹਿੰਦਾ ਰਹਿੰਦਾ ਦੁੱਧ ਸਾਡੇ ਨਾਲ ਬੰਦਾ ਕੋਈ ਸਾਈ ਲਾ ਲੇ, ਇਹਦਾ 28-29 ਕਿਲੋ ਵੀਰੇ ਦੁੱਧ ਅਸੀਂ ਤੋੜ ਕੇ ਦੇਵਾਂਗੇ ਕੰਡੇ ਤੇ। ਜੈ ਗੱਲ ਆ। ਹਾਂ, ਬਾਕੀ ਇਹ ਮੈਂ ਨਹੀਂ ਬੋਲਣਾ, ਬੈਠ ਬੋਲੂ ਵੀ ਮੈਂ ਕਿੰਨਾ ਦੁੱਧ ਦੇਣਾਗਾ। ਸਾਫ ਸੁਥਰੀ ਹੈ, ਥਣ ਦੇਖੋ ਵੀਰੇ ਕੱਲਾ ਕੱਲਾ ਡੰਗ ਦਿਹਾੜੀ ਸੂਣ ਦੀ ਤਿਆਰੀ ਹੈ 5-4 ਦਿਨਾਂ 'ਚ ਨਾ ਵੀਰੇ, 5-4 ਦਿਨਾਂ 'ਚ ਬੱਚਾ ਧਰ ਦੂਗਾ। ਬਾਕੀ ਕਰਮ ਵਾਲੇ ਜਿਹੜੇ ਪਰੀਆਂ ਵੀਰੇ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਹੈਗਾ, ਇਹਦਾ ਪਰੀਆਂ ਇਹਦਾ ਗਊ ਮਾਤਾ ਵੀਰੇ ਤਾਰ ਦਿੰਦੀਆਂ ਨੇ, ਇਹਨਾਂ ਜਦੋਂ ਬੈਠ ਸੂਣ ਲੱਗ ਗਈ 2 ਘੰਟੇ ਜ਼ੋਰ ਲਵਾ ਦਿਓ ਵੀਰੇ, ਥੱਲਿਓ ਦੁਬਾਰੇ ਠਾਮੋਗੇ ਡੂਡੀ ਬਣੀ ਹੋਊਗੀ। ਜੈ ਗੱਲ। ਸਾਨੂੰ ਤਾਂ ਦੇਖੋ ਵੀਰੇ, ਮੇਰਾ ਤਾਂ ਜੰਮਣ ਕੁੜਤੀ ਮੈਂ ਤਾਂ ਇਹਨਾਂ ਦੀ ਮਿਲਿਆ ਕਰਮ ਵਾਲੀਆਂ ਦੀ, ਮੈਨੂੰ ਤਾਂ ਹਜੇ ਤੱਕ ਇਹਨਾਂ ਦੀ ਕੋਈ ਸਮਝ ਨਹੀਂ ਆਏਗੀ ਕੋਈ ਸਾਡੇ ਨਾਲ ਕੋਈ ਵੱਡਾ ਕਾਰੀਗਰ ਹੋਵੇ, ਅਸੀਂ ਅੰਬੋ ਮੰਨਦੇ ਨਹੀਂ ਕਿਉਂਕਿ ਹਰ ਦੁਨੀਆਂ 30-30 ਰੁਪਈਆ। ਜੈ ਗੱਲ। ਹਾਂ, ਅਸੀਂ ਤਾਂ ਬਸ ਸਭ ਤੋਂ ਛੋਟੇ ਮੰਨਦੇ ਵੀਰੇ, ਵੀ ਇਸਦਾ ਸਿੱਖਦੇ ਹਾਂ ਹਜੇ। ਜੈ ਗੱਲ। ਅਸੀਂ ਤਾਂ ਰੋਜ਼ ਨਵੀਂ ਗੱਲ ਸਿੱਖਦੇ ਹਾਂ, ਬਾਹਰੋਂ ਸਿੱਖਣ ਨੂੰ ਮਿਲਦਾ ਕੁਛ ਨਾ ਕੁਛ। ਅੱਗੇ ਆ ਗਈ 7ਵਾਂ ਨੰਬਰ। 7ਵਾਂ ਨੰਬਰ ਆ ਗਈ ਵੀਰੇ, ਬੈਠ ਬੰਦਾ ਖੜ ਕੇ ਦੇਖੂਗਾ ਕ੍ਰਾਸ ਬੈਠਾ, ਗਰਮੀਆਂ ਦਾ ਤੋਹਫਾ ਹੈਗਾ, ਗਰਮੀਆਂ ਤੋਹਫਾ ਦੇਖੋ, ਪੱਥਰ ਵਰਗਾ ਲੇਵਾ ਪਿਆ ਵੀਰੇ, ਕੱਲਾ ਕੱਲਾ ਥਾਂ ਨਿਖਰਮਾ। ਢਿੱਲੋ ਸਾਹਿਬ ਇੱਕ ਚੀਜ਼ ਥੋੜ੍ਹੀ ਲੇਵੇ ਤੇ ਮਰਵਾ ਦਿਆ ਕਰੋ ਵੀਡੀਓ ਸਾਰੀਆਂ ਦੇ, ਕੱਲੀ ਕੱਲੀ ਗਾਂ ਵੀਰੇ ਜਾਣੀ ਦੀ ਬੰਦਾ ਖੜ ਕੇ ਦੇਖੂਗਾ। ਜਿਹੜੇ ਵੀਰ ਨੇ ਆਪਣੀ ਵੀਡੀਓ ਚਲਾ ਲਈ, ਇਹ ਨਹੀਂ ਹੈਗਾ ਵੀ ਵੀਡੀਓ ਵਿਚਾਲੋਂ ਕੱਟ ਦੂਗਾ। ਜਿਹੜੇ ਵੀਰ ਨੇ, ਜਿਹੜਾ ਵੀਰ ਸਕਾਈਆਂ ਦਾ ਸਕੀਨ ਹੈ ਨਾ, ਪਰੀਆਂ ਦਾ ਸੌਂਕ ਰੱਖਦਾ ਹੈਗਾ, ਠੀਕ ਹੈ, ਉਹ ਸਾਰੀ ਵੀਡੀਓ ਦੇਖੂਗਾ ਆਪਣੀਆਂ ਗਾਈਆਂ ਦੀ। ਜਾਣੀ 1000 ਦੇ ਲਾਟ ਦੇ ਵਿੱਚ ਤਾਂ ਵੀਰੇ ਮੈਂ ਵੀ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਵੀ ਜ਼ਿਆਦਾ ਵੀਰੇ ਸੁਰੱਖਾਪਣ ਮਾਲ ਲਿਆ, ਠੀਕ ਹੈ, ਸਾਫ ਮਾਲ ਹੈ, ਬੜਾ ਸਾਫ ਮਾਲ ਮਿਲਿਆ ਵਾ, ਜਿਵੇਂ ਕੁਦਰਤ ਨਹੀਂ ਹੁੰਦਾ ਹੈਗਾ, ਠੀਕ ਹੈ, ਵਿੱਚ ਵੀਰ ਕਹਿੰਦੇ ਹੁਣ ਗਾਹ ਘੱਟ ਹੈਗਾ, ਠੀਕ ਹੈ, ਜਾਂ ਪਰਮਾਤਮਾ ਨੇ ਲਾ ਲਓ ਵੀਰੇ, ਜੋ ਪੱਖ ਵਾਲੀ ਗੱਲ ਹੁੰਦੀ ਹੈਗੀ ਤੇ ਬੈਠਾ ਜ਼ਿਆਦਾ ਚੰਗੀਆਂ ਮਿਲੀਆਂ ਵੇਖੀ ਯਾਰ, ਠੀਕ ਹੈ। ਆਹ ਦੇਖੋ ਵੀਰੇ ਬੱਸੀ, ਸੇਰ ਦਾ ਹੁੰਦਾ ਦੂਜਾ ਸੂਆ, ਠੀਕ ਹੈ, ਤੇ ਲੇਵਾ ਦੇਖੋ
ਜਿਹੜੀ ਬੈਂਡ ਵੀਰੇ ਦੇਖੋਗੇ ਚੜ੍ਹਦੀ ਤੋਂ ਚੜ੍ਹਦੀ ਮਿਲਣੀ ਆ, ਚੜ੍ਹਦੀ ਤੋਂ ਚੜ੍ਹਦੀ। ਠੀਕ ਹੈ ਵੀ, ਖਾਲੀ ਹੋਣ ਵਾਲਾ ਤਾਂ ਕੰਮ ਹੀ ਹੈਣੀ ਇੱਥੇ। ਬਿਲਕੁਲ ਵੀਰੇ, ਮੁੱਕਣੇ ਨਹੀਂ ਬੈਣਾ ਜੀ। ਠੀਕ ਹੈ, ਬੜਾ ਜੀ ਸਾਰੀਆਂ ਗਰਾਊਂਡ ਦੇਖਣ ਲੱਗੇ, ਬੜਾ ਤਾਂ ਹਜੇ ਵੀ 50 ਖੜੀਆਂ ਵੀਰੇ। ਮਨ ਸਾਫ ਸੁਥਰਾ, ਜਿਹੜੇ ਬੰਦੇ ਦੇ ਫਿੱਟ ਆ ਗਈ ਫਿੱਟ ਆਉਣਗੀਆਂ ਅੱਗੇ ਆਉਣਗੀਆਂ ਵੀਰੇ। ਦੋ ਮਿੰਟ ਰੋਕੇ ਨਾਲ ਵੀਰੇ, ਅਸੀਂ ਵੀਰੇ ਮੂਹਰੋਂ ਜਦੋਂ ਚੰਗੀ ਚੀਜ਼ ਲੈਣਾ, ਸਾਨੂੰ ਜੇ 20 ਦਿਨ ਦੀ ਕੱਚੀ ਮਿਲ ਜੇ ਅਸੀਂ ਉਹ ਵੀ ਨਹੀਂ ਛੱਡ ਦੇਗੀ। ਠੀਕ ਹੈ, ਉਹ ਮਗਰ ਆਪਦੇ ਗਰਾਊਂਡ 'ਚ ਲਾ ਦੇਣਾ, ਤਿਆਰ ਹੋ ਕੇ ਇੱਧਰ ਕਰ ਲੈਣੇ ਆ। ਜੈ ਗੱਲ। ਹਾਂ, ਅੱਗੇ ਫਿਰ ਐਰ ਸ਼ਹਿਰ ਖੜੀ ਹੈ ਇੱਕ, ਐਰ ਸ਼ਹਿਰ ਵੀਰੇ ਜਾਣੀ ਦੀ ਇਹ ਚੰਗੀ ਆ। ਠੀਕ ਹੈ, ਤੇ ਭਾਵ ਵੀ ਇਹਦਾ ਠੀਕ ਹੈ ਜਾਣੀ ਦੀ। ਠੀਕ ਹੈ, ਤੇ ਬੈਂਡ ਵੀ ਸਿਲਾਈ ਹੈ, ਚੱਲ ਬੱਤ ਤੋਂ ਹੀ ਗਰਮੀ ਜਿਹਨੂੰ ਕੋਈ ਵਾਸਤਾ ਨੀ ਵੀਰੇ। 30 ਕਿਲੋ ਵਾਲੀ ਬੈਟ ਹੈਗੀ ਆ ਵੀਰੇ, ਸਾਈ ਲਾ ਲੈ 28 ਕਿਲੋ ਤੁਸੀਂ ਕੰਡੇ ਤੇ ਤੋਲ ਕਰਦੇ ਸਾਡੇ ਘਰ ਦਾ, ਪਰ ਦੁੱਧ 32-33 ਕਿਲੋ ਦੇਊਗੀ। ਕੱਚੀ ਹਾਲੇ ਹੈਗੀ ਆ, ਚੱਲ ਕੱਚੀ ਹੈਗੀ। ਉਹ ਤੋਂ ਅੱਗੇ ਕਿਹਾ ਹੋਰ ਦੱਸਦਾ, ਅਸੀਂ ਆਨਲਾਈਨ ਵੀਰੇ ਸੌਦੇ ਬਹੁਤ ਘੱਟ ਦਿੰਦੇ ਹਾਂ। ਕਿਸੇ ਵੀਰ ਨੇ ਬਾਹਰੋਂ ਫੋਨ ਲਾਤਾ, ਸਾਈ ਪਾਤੀ ਮਾਂ ਦੇ ਪੁੱਤ ਨੇ 5,000, ਦੂਏ ਦਾ ਕਹਿੰਦਾ ਵੀਰੇ ਮੈਨੂੰ ਮਜਬੂਰੀ ਆ ਸਾਈ ਰੱਖ ਲਓ, ਪਰ ਆਪਾਂ ਵੀਡੀਓ ਦੱਸਦਾ ਸਾਈ ਨੇ ਆਪਾਂ ਰੱਖੀ, ਸਾਈ ਉਹਦੀ ਵਾਪਸ ਕਰਤੀ ਆ ਤੇ ਪਿਛਲੇ ਲਾਟਦੀ ਆ ਤੇ ਜਾਣੀ ਇਸ ਤਰ੍ਹਾਂ ਵਿੱਚ ਮੈਂ ਵੀਰ ਬਹਿੜਾ ਰੋਕਦੇ ਪਰ ਆਪਣੇ ਜਿਹੜਾ ਵਧੂਗੀ ਵੀਰੇ 2,000 ਮਹਿੰਗੀ ਉੱਤੋਂ ਸਰਪੰਚਾ ਬੀਜੀ ਤੇ ਆਨਲਾਈਨ ਸਭ ਤਾਂ ਵੀਰੇ ਲਾਉਣਾ ਹੁੰਦਾ ਵਾ, ਸੋਚ ਸਮਝ ਕੇ ਲਾਇਆ ਕਰੋ, ਕਿਤੋਂ ਵੀ ਲਾਉਣਾ ਸੀਗਾ ਵੀਰੇ ਸੌਦਾ ਬਹੁਤ ਘੱਟ ਦਿੰਦੇ ਆ। ਠੀਕ ਹੈ, ਉਹ ਵੀਰ ਵੀ ਕਹਿੰਦਾ ਵੀਰੇ ਮੈਨੂੰ ਮਜਬੂਰੀ ਆ, ਮੈਨੂੰ ਆਨਲਾਈਨ ਦੇ ਦਿਓ, ਘਰੇ ਕੋਈ ਹੈ ਨੀ, ਤਾਂ ਵੀ ਅਸੀਂ ਤਾਂ ਕਰਕੇ ਉਹਨੂੰ ਵੈਢ ਦਿੱਤੀ ਸੀ। ਠੀਕ ਹੈ, ਬਾਅਦ ਚੋਂ ਕਹਿੰਦਾ ਵੀਰੇ 5 ਰੱਖ ਲਾ, ਮਹਾਂ ਵੀਰੇ ਤੁਸੀਂ ਤੇਰੇ 5,000 ਨਾਲ ਰਾਜੇ ਨਹੀਂ ਬਣਨ ਲੱਗੇ ਵੀ ਐਵੇਂ ਕਹਿੰਦਾ ਬੰਦਾ ਹੌਂਕਾ ਲੈਂਦਾ ਸੀ ਉਹਦਾ 5 ਮੋੜਦਾ ਸੀਗਾ। ਠੀਕ ਹੈ, ਹਾਂ ਮਨ ਪਰ ਬੈਠ ਤਿਆਰੀ ਜਾ ਹੁਣ ਹਨਾ ਵੀਰੇ, ਬੈਠ ਬਾਲੀ ਚੰਗੀ ਆ। ਉਹ ਫਿਰ ਬਾਅਦ ਚੋਂ ਕਹਿੰਦਾ ਵੀਰੇ ਕਿ ਮੈਂ ਸੂਈ ਸਵਾਈ ਲੈਣੀ ਘਰੇ, ਮੇਰੀ ਇਕੱਲੀ ਮਾਤਾ, ਮਹਾਂ ਕੋਈ ਗੱਲ ਨਹੀਂ ਵੀਰੇ ਤੇਰੀ ਸਾਈ ਮੋੜਦੇ ਹਨਾ, ਪਰ ਬੈਠ ਤਾਂ ਵੀਰੇ ਸਾਨੂੰ 2-4 ਕਿਲ ਹੋਰ ਲਾ ਕੇ ਜਾਊਗੀ, ਵੱਧ ਗਈ ਪਿਛਲੇ ਲਾੜ ਦੇ ਵੀਰੇ, ਠੰਡੀ ਸੀ ਵਾਲੀ ਸੀ ਰੋਕੀ ਪੁੱਤ, ਬਸ ਉਹ ਰੋਕੀ ਵੀਰੇ, ਆਹ ਦੇਖੋ ਇਹ ਉਹ ਨਹੀਂ ਹੈਗੀ ਵੀਰੇ, ਦੇਖ ਆਹ ਗੁੱਲੇ ਵਾਲਾ ਸਾੜ ਜਾ, ਸਿਧਾ ਹੀ ਆ ਵੀਰੇ, ਆਪਾਂ ਐਵੇਂ ਨਹੀਂ ਆਨਲਾਈਨ ਜਿਹੜੀ ਚੀਜ਼ ਦਿੰਦੇ ਆ ਵੀਰੇ, ਬਾਹਲੀ ਸੋਚ ਸਮਝ ਕੇ ਦੇਣੀ ਪੈਂਦੀ ਆ। ਜੈ ਗੱਲ, ਚਲੋ ਵੀਰੇ, ਕਿਉਂਕਿ ਵੀਰੇ ਇੱਥੇ ਤੱਕ ਪਹੁੰਚਣ ਨੂੰ ਤੀਜੀ ਪੀੜ੍ਹੀ ਆ, ਗਣਪੁਰ ਰਾਤ ਹੋਈ ਪਈ ਆ ਵੀਰੇ, ਥੱਲੇ ਉਹਨੂੰ ਤਾਂ ਮਹੀਨਾ ਨਹੀਂ ਲੱਗਣਾ, ਮਹੀਨਾ ਕਿ ਸਕਿੰਟਾ ਹੀ ਡੇਗਦਾ ਥੱਲੇ, ਹਾਂ ਕਿਉਂਕਿ ਅੱਜ ਵੀਰੇ ਕੰਪੀਟੀਸ਼ਨ ਚੱਲਦੇ ਨੇ, ਅੱਗੇ ਸੂਈ ਵੀ ਖੜੀ ਹੈ ਨਾ, ਸੂਈ ਵੀ ਅੱਗੇ ਸੇਦਾਂ ਤੇ ਲੋ ਸਭ ਕਹੋ ਸੇਦਾਂ ਦਾ ਮਗਰ ਇਹ ਬੱਸੀ ਆ, ਦੇਖੋ ਠੀਕ ਹੈ, ਅਸੀਂ 13 ਮਗਰ ਬੱਸੀਆਂ ਨੇ, ਬੱਸੀ ਕੀ ਆ ਬਸ ਇਹਦੇ ਲੱਗ ਲੈਣ ਸਾਰੀ ਦੇ ਦੇਗੇ, 22 ਤੋਂ 24 ਕਿਲੋ ਦੁੱਧ ਦੇ ਵਿੱਚ ਹੁਣ ਰੈਡੀ ਆ। ਠੀਕ ਹੈ, ਨਾੜੂਆ ਨਾਲ ਆ ਗਿੱਲਾ 3 ਗ੍ਰਾਂ ਦੀ ਸੂਈ ਆ, ਹੁਣ ਬੋਲ ਕੀ ਹੋਏ ਦਾ ਲੈ ਜਾਣਾ ਨਹੀਂ, ਸੋ ਕੱਦ ਕਾਟ ਦੇਖੋ ਕੀ ਬਾਤ ਆ, ਸੂਈ ਸਵਾਈ ਪਿੱਛੇ ਇਹਦੇ ਬੱਚੀ ਆ ਹਨਾ, ਬੱਸੀਆਂ ਵੀ ਵੀਰੇ ਦੱਸੜੀਆਂ ਇਹਨਾਂ ਮਗਰ ਕਿਆ ਬਾਤਾਂ ਹੀ, ਸਾਰੀਆਂ ਬੱਸੀਆਂ ਮਿਲਣਗੀਆਂ, ਇਹ ਨਹੀਂ ਵੀ ਲੀਲੀ ਫੀਲੀ ਇਕੱਠੀ ਕਰ ਲਾਂਗੇ। ਠੀਕ ਹੈ ਬਈ, ਚੰਗੇ ਲਿਆਉਂਦੇ ਆਪਾਂ ਜਿਹੜੇ ਲਿਆਉਂਦੇ ਆ ਵੀਰੇ, ਮੈਂ ਮਾੜੀ ਲਈ ਨਹੀਂ ਜਾਂਦੀ, ਤੁਹਾਨੂੰ ਮੋਟਾ ਜੀ ਟੇਲ ਦੇਣਾ ਆਪਾਂ, ਤੋ ਤੋਰੀ ਮਾੜੀ ਜੀ ਗੁਰਪ੍ਰੀਤ, ਤੋਰੀ ਕਿਹੜਾ ਅੱਗੇ ਆ ਗਈ ਸਾਹੀਵਾਲ ਦੇ ਅੰਗੇ ਹਨਾ, ਕਰਾਉਸਾ ਵੀਰੇ ਬੈਠ ਬੈਠ, ਠੰਡੀ ਸੀਲ ਬਹੁਤਾ ਜਿਹੜਾ ਵੀਰ ਮਾਰ ਜੀ ਦਾ ਜੇ 22-23 ਕਿਲੋ ਤੋਂ ਆ ਕੇ ਦੇ ਦੇਣਗੇ, ਸਾਡਾ ਸਾਈ ਲਾਉਣੀ ਆ। ਠੀਕ ਹੈ, ਤੋਰ ਦੇ ਮੋਟੀ ਮੋਟੀ ਤੋਰ ਦੇ, ਦੇਖ ਵੀਰੇ ਕਿਆ ਬਾਤਾਂ ਹੀ ਆ ਬੱਸੀ ਦੀਆਂ, ਦੋ ਤਾਂ ਮੱਝਾਂ ਵਾਲੇ ਛਿੱਟ ਰਹੇ ਨੇ ਵੀਰੇ, ਸਿਰੇ ਦੇ ਕੋਲ ਨਾੜਾ ਨਾ, ਕੱਲਾ ਕੱਲਾ ਵੀਰੇ ਨਾ ਗਏ ਮੁੱਠੀ ਦੀ ਚਵਾਈ ਵਾਲਾ, ਇੱਕ ਤੁਹਾਨੂੰ ਕੋਕਾ ਦਿਖਾਉਣ ਵਾਲਾ ਰਹਿ ਗਿਆ, ਚਲੋ ਜਦੋਂ ਆਪਾਂ ਮਾੜੀ ਆਹ ਮਰਵਾ ਲਈਏ ਬੰਦੇ ਬੰਨ ਦੇਣਗੇ, ਆਹ ਦੇਖੋ ਵੀਰੇ ਕੱਚੀ ਕਿਉਂ ਲਈ ਆ, 12 ਦਿਨ ਦੀ ਕੱਚੀ ਲਈ। ਠੀਕ ਹੈ, ਕੋਈ ਖਾਸੀਅਤ ਆ ਕੱਚੀ ਲੈਣ ਦੀ, ਪਰਖਣ ਵਾਲਾ ਬੰਦਾ ਪਰਖ ਜੂ, ਕਹਿੰਦੇ ਉਹਨੂੰ ਜੌਹਰੀ ਨੂੰ ਪਤਾ ਹੁੰਦਾ ਹੀਰੇ ਦੇ ਭਾਅ ਦਾ ਕੀ ਆ। ਜੈ ਗੱਲ, ਠੀਕ ਹੈ ਨਾ, ਦੇਖੋ ਵੀਰੇ ਬੈਠ ਪੋਲੀ ਰੋਲੀ ਬਹੁਤ ਜ਼ਿਆਦਾ, ਨਾਲਾ ਨੂੜਾ ਗੁੰਦੀ ਪਈ ਆ, ਜਿਵੇਂ ਘੱਟੋ ਘੱਟ 27-28 ਕਿਲੋ ਤੋਂ ਮਾਰਕਣ ਬਾਹਰ ਨਿਕਲਣਾ, ਤਾਂ ਕੱਚੀ ਲਈ ਆ ਅਸੀਂ, ਤੇ ਜਿਵੇਂ ਜਿਵੇਂ ਟੌਪ ਮਾਡਲ ਕਿਡੇ ਫਾਕਸ ਨਾਲ ਭਰੀ ਹੁੰਦੀ ਆ, ਉਹ ਚੀਜ਼ ਹੈ ਵੀ ਫਾਕਸ ਨਹੀਂ, ਫਾਕਸ ਹੈ ਜਾਂ ਪੂਰੀ ਤਾਜ਼ੀ ਸੂਈ ਆ, ਖੁੱਦ ਹੋਏ ਜੇ ਜੁੜੇ ਦੀ ਓਕੇ ਹੋ ਗਈ ਆ, ਬੱਚਾ ਕੀ ਆ, ਬੱਚਾ ਦੇ ਮਗਰ ਬੱਸੀ ਆ ਵੀਰੇ, ਇਹਦੇ ਮਗਰ ਬੱਚੀ ਆ ਗਈ ਹਨਾ, ਹਾਂ ਬੱਸੀ ਵੀਰੇ 13 ਮਗਰ ਬੱਸੀਆਂ ਨੇ, ਦੇਖੋ ਲੈ ਬਾ
ਦੇਖੋ ਲੇਵਾ ਬੌਲੀ ਨੂੰ ਕੱਢੀ ਜੇਰ ਜੂਰੇ ਦੀ ਉੱਕੇ ਹੋ ਗਈ ਆ, ਜੇਰ ਦੀ ਨਿਸ਼ਾਨੀ ਹੁੰਦੀ ਆ ਪਈ ਦੀ। ਠੀਕ ਹੈ, ਅੱਗੇ ਆ ਗਿਆ ਜਰਸੀਆਂ। ਅੱਗੇ ਜਰਸੀਆਂ ਮੇਰੀ ਇੱਕ ਨੰਬਰ ਵੀ ਸੂਈ ਆ, ਮੋਟਾ ਜਿਹਾ ਦਿਖਾ ਦਿਆਂਗੇ, ਆ ਦੋ ਨੰਬਰ ਸੂਣ ਵਾਲੀ ਆ। ਠੀਕ ਹੈ, ਠੀਕ ਆ ਨਾ ਜੀ। ਇੱਕ ਨੰਬਰ ਸੂਈ ਆ, ਚੰਗਾ ਦੁੱਧ ਹੈਗਾ, ਆ ਵੀ ਸੂਈ ਤੋੜ ਦਿਓ ਮਾੜੀ, ਆ ਜੋੜਾ ਤੋੜ ਦਿਓ ਜਰਸੀਆਂ ਦਾ। ਠੀਕ ਹੈ, ਤੋੜ ਦਿਓ ਤੋੜ ਦਿਓ, ਕੱਢਦੇ ਕਰੋ ਵੀਰੇ, ਤੀਜੀ ਵੀ ਕੱਢ, ਤਿੰਨੇ ਤੋੜ ਦਿਓ ਇਕੱਠੀਆਂ। ਠੀਕ ਹੈ, ਆ ਜੋੜਾ ਵੀਰੇ ਸੂਈਆਂ ਵੀ ਨੇ। ਠੀਕ ਹੈ, ਉਹ ਸੂਣ ਵਾਲੀ ਆ। ਠੀਕ ਹੈ, ਇਹ ਜਰਸੀ ਬ੍ਰਾਂਡ ਆ ਗਿਆ ਸਾਰਾ, ਜਰਸੀ ਬਾਕੀ ਸਾਰੀ ਪੰਜਾਬ ਲਈ, ਵੱਡੀ ਜਰਸੀ ਮੈਨੂੰ ਛੋਟੀ ਕੋਈ ਨਹੀਂ ਲੈਂਦੀ। ਛੋਟੇ ਹੈ ਨਹੀਂ, ਪਲੀਆਂ ਐਵੇਂ ਚੰਗੀਆਂ ਹਨਾ, ਆ ਜੋੜੇ ਮਗਰੀ ਬੱਸੀਆਂ ਨੇ ਜਰਸੀਆਂ, ਕੋਕੇ ਬੱਸੀਆਂ ਵੀਰੇ ਨਾ, ਮਗਰ ਸੂਈਆਂ ਸਵਾਈਆਂ ਬੱਚੀਆਂ ਮਗਰ ਆ ਜਿਹੜਾ ਜੱਤ ਰੈਡੀ ਵੀਰੇ, ਦੁੱਧ ਰੈਡੀ ਹੈਗਾ 17-18 ਕਿਲੋ ਵੀਰੇ, ਉਹਦੇ ਥੱਲੇ ਹੋਊਗਾ 18 ਤੋਂ ਉੱਪਰ 19 ਦੇ ਵਿੱਚ, ਇਹਦੇ ਥੱਲੇ ਹੋਊਗਾ 20 ਤੋਂ 30 ਕਿਲੋ। ਠੀਕ ਹੈ, ਆ ਜੋੜਾ 20 ਤੋਂ ਬਾਹਰ ਵਾਲਾ ਹੈਗਾ, 20 ਤੋਂ ਬਾਹਰ ਐਵਰੇਜ 20 ਮੰਨ ਕੇ ਲੈ ਜੇ ਦੇਖੋ ਵੀਰੇ, ਥਣ ਲੈ ਬਾਬਾ ਕੀ ਕੱਲਾ ਕੱਲਾ ਤੂੰ ਨਿਖਰਵਾ ਥਾਣਾ। ਠੀਕ ਹੈ, ਚੰਗੇ ਆ ਵੀਰੇ, ਅੱਗੇ ਬਾਕੀ ਮਹਿਕਮਾ ਗੱਬੜ ਖੜਾ, ਗੱਬੜ ਮਹਿਕਮਾ ਆ ਗਿਆ, ਗੁਰਪ੍ਰੀਤ ਤੂੰ ਬੇਟਾ ਉਹ ਤੋੜ ਦੇ, ਤੇ ਇੱਕ ਜਣਾ ਵੀਰੇ ਆ ਤੋੜ ਦੇ, ਆ ਬੱਸੀ ਤੋੜੋ ਜੀ। ਠੀਕ ਹੈ, ਆ ਬੱਸੀ ਆ ਦੇਖੋ ਵੀਰੇ, ਖੀਰੀ ਦੁੱਧ ਦਿੰਦੀ ਇਹਦੇ ਵਿੱਚ, ਖੀਰੀ ਤਾਂ ਹੈਗੀ ਆ 12 ਕੁ ਦਿਨ ਦੀ ਇਹ। ਠੀਕ ਹੈ, ਬਿਲਕੁਲ ਦੋ ਦਿਨ ਖੀਰੀ ਆ, ਬਿਲਕੁਲ ਸਾਫ ਆ ਜਿੰਨੀ ਹੈਗੀ ਆ, ਆ ਵੀਰੇ ਤਾਜ਼ੀ ਸੂਈ ਆ, ਆ ਵੈਡ ਵੀ ਕਰ ਦਿਓ ਮੜੀ ਸੂਈ ਵੀ। ਠੀਕ ਹੈ, ਉਹ ਤਾਂ ਮਰਵਾ ਦਿਓ ਢਿੱਲੋ ਸਭ ਉਹ ਦਿਨ ਵੀਰੇ। ਠੀਕ ਹੈ, ਇਹ ਸਹੀ ਹਾਲਤ ਕ੍ਰੋਸ ਆ ਗਈ, ਬਿਲਕੁਲ ਥੋੜਾ 10% 15 ਮੰਨ ਲਾਂਗੇ ਕ੍ਰੋਸ ਆ, ਚੰਗੀ ਆ, ਦੋ ਦੰਦ ਦਾ ਪਲੂਨ ਬੱਸੀ ਆ। ਠੀਕ ਹੈ, ਸਾਫ ਸੁਥਰੀ ਗੱਬੜ ਸੂਣ ਰਹੀ ਵੀਰੇ, ਪੰਜ ਬੇੜਾ ਜਿਹੜੇ ਹੋਰ ਆਉਣ ਵਾਲੇ ਉਹ ਵੀ ਡਲੇ ਹੀ ਨੇ ਵੀਰ ਜੀ। ਠੀਕ ਹੈ, ਉਹ ਵੀ ਡਲੇ ਹੀ ਆ, ਅੱਗੇ ਫਿਰ ਜਿਹੜੀ ਆ ਗਈ ਐਰ ਸ਼ਹਿਰ ਦੇ ਵਿੱਚ ਕ੍ਰੋਸ ਪੈਂਦੀ ਆ, ਇਹਦੇ ਬਾਰੇ ਦੱਸਿਓ ਮਾੜਾ ਜਿਹਾ। ਇਹ ਵੀਰੇ ਐਰ ਸ਼ਹਿਰ ਦੇ ਸੂਣ ਵਾਲੀ ਆ, ਭਾਅ ਬੱਚੇ ਦਾ ਹੋਵੇਗਾ, ਭਾਅ ਵੀਰੇ ਜਾਇਜ਼ ਹੀ ਦੇ ਦਿਆਂਗੇ, ਇਹ ਆਪਾਂ 50 ਦੇ ਘਰਾਂ ਚੋਂ ਥੱਲੇ ਦੇ ਦਿਆਂਗੇ, 50 ਚੋਂ ਅੰਦਰ ਹੋ ਜੂ, ਅੰਦਰ ਹੋ ਜੂਗੀ, ਦੇ ਦਿਆਂਗੇ ਦੇ ਦਿਆਂਗੇ। ਠੀਕ ਹੈ, ਹਾਂ ਇੱਕ ਆਹ ਖੜੀ ਆ ਵੀਰੇ, ਇਹ ਆ 45 ਨੂੰ ਦੇ ਦਿਆਂਗੇ। ਠੀਕ ਹੈ, ਆਵਲ 10-12 ਦਿਨ ਦੀ ਕੱਚੀ ਆ। ਠੀਕ ਹੈ, ਐ ਨਹੀਂ ਭਾਅ ਸਾਰੇ ਹੀ ਹੁੰਦੇ ਆਗੇ। ਠੀਕ ਹੈ, ਆਹ ਤਾਜ਼ੀ ਸੂਈ ਸਵਾਈ, ਇਹ ਆਪਾਂ ਹੋ ਸਕਦਾ ਉਹਦੇ ਲਾਟ 'ਚ ਵੇਚੀ, ਆਪਾਂ ਦੁੱਧ ਰੈਡੀ ਕਰਕੇ ਵੇਚਾਂਗੇ ਇਹਦਾ। ਠੀਕ ਹੈ, ਇਹਦਾ ਵੀਰੇ 32-33 ਕਿਲੋ ਦਾ ਰਿਕਾਰਡ ਹੈਗਾਗਾ। ਠੀਕ ਹੈ, ਕਿਉਂਕਿ ਜਿੰਨਾ ਦੇਰ ਵੀਰ ਦੇ ਅੱਖਾਂ ਦੇ ਸਾਹਮਣੇ ਉਹਦਾ ਦੁੱਧ ਨਹੀਂ ਮੰਨਦਾ ਹੁੰਦਾ, ਤੂੰ ਬੇਟਾ ਉਹ ਕੱਢ ਕੇ ਲਿਆ। ਠੀਕ ਹੈ, ਲੇਵਲ ਉਹ ਵੇਲੇ ਖਬਰਦਾਰ ਆ ਨਾ। ਹਾਂਜੀ ਹਾਂਜੀ, ਖਬਰਦਾਰ, ਬੱਚਾ ਕੀ ਪਾਤਾ ਇਹਨੇ? ਬਾਲੀ ਚੰਗੇ ਵੀਰੇ, ਬੱਸੀ ਆ ਦੇ ਮਗਰ। ਠੀਕ ਹੈ, ਬੱਸੀ ਐਰ ਸ਼ਹਿਰ ਦੇ ਪੱਖ 'ਚ ਆ ਗਈ ਜਿਹੜੀ ਦੀ, ਮਗਰ ਬੱਸੀ ਆ, ਮਗਰ ਸੀਨੀਅਰ ਫਾਰਮ 'ਤੇ ਆ ਕੇ ਬੱਚੀ ਨੂੰ ਦੇ ਦਿੰਦੀ ਹੈ ਵੀਰੇ। ਬੱਸੀ ਦੇਖੋ ਆਪਾਂ ਮੈਂ ਕਹੀ ਜੇ, ਬਾਕੀ ਦਾ ਪਰਮਾਤਮਾ ਦੀ ਕਿਰਪਾ ਹੁੰਦੀ ਆ, ਬੰਦਾ ਕੋਈ ਵੀ ਨਹੀਂ ਹੁੰਦਾ, ਜਾਣੀ ਦੀ ਅਸੀਂ ਜ਼ਿਆਦਾ ਬੱਸੀਆਂ ਸਾਡੇ ਕਿਉਂ ਦਿੰਦੀਆਂ ਨੇ, ਅਸੀਂ ਜ਼ਿਆਦਾ ਮਾਲ ਫਾਰਮਾਂ 'ਚੋਂ 61 ਸੀਮਨ ਵਾਲਾ ਲੈਂਦੇ ਹਾਂ, ਪੰਜ ਬੱਚੀ। ਮੈਂ ਡਾਕਟਰ ਨੂੰ ਵੀ ਬੇਨਤੀ ਕਰਦਾ, ਪਿੰਡਾਂ 'ਚ ਵੀ ਵੀਰੇ ਤੁਸੀਂ ਭਰ ਦਿਓ ਸੀਮਨ, ਚਾਹੇ ਸੀਮਨ ਵੇਲੇ ਕਮਾਈ ਨਾ ਕਰੋ, ਚੰਗਾ ਭਰ ਦਿਓ, ਕਿਉਂ ਜਦੋਂ ਆਪਾਂ ਹੋਰ ਟ੍ਰੀਟਮੈਂਟ ਕਰਨਾ ਉਦੋਂ ਕਮਾਈ ਕਰ ਲਓ, ਸੀਮਨ ਦੀ ਆਪਾਂ ਬਰੀਡ ਚੰਗੀ ਤਿਆਰ ਕਰੋ ਪੰਜਾਬ ਦੇ ਵਿੱਚ। ਆਹ ਜਰਸੀ ਖੀਰੀ ਹੈ ਦੰਦੋ ਹਨਾ, ਬਿਲਕੁਲ ਦੋ ਤੰਦੀਆਂ ਦੇ ਵਿੱਚ ਆ ਵੀਰੇ, ਬੱਚਾ ਜਿਹੜਾ ਲੈ ਗਿਆ ਬਸ ਘਰ ਦਾ ਸਿੰਗਾਰ ਬਣੂ, ਦੁੱਧ ਤਾਂ ਇਹਨੇ ਦੇਣਾ 1,000-16 ਕੁ ਕਿਲੋ ਹੀ, ਜੈ ਗੱਲ ਬਾਲਾ ਨਹੀਂ ਜਾਣੀ, ਕੰਡੇ ਦਾ ਤੋਲ ਦੇ ਦੂ 16 ਪਰ। ਠੀਕ ਹੈ, ਤੇ ਪਰ ਹਾਏ ਵੀਰੇ ਇੱਕ ਤਰ੍ਹਾਂ ਦਾ ਮੇਰਾ ਹੀ ਬਸ, ਜਿਹਨੂੰ ਕਹਿੰਦੇ 24 ਕੈਰਟ, ਉਹੀ 24 ਕੈਰਟ ਸੋਨਾ। ਹਾਂ, ਇੱਕੋ ਸਿਰੇ ਤਾਜ਼ੀ ਸੂਈ ਖੜੀ, ਉਹਦੇ ਮਗਰ ਵੀ ਬੱਸੀ ਆ, ਉਹਦੇ ਮਗਰ ਹੀ ਬੱਚੀ ਸੂਆ, ਦੂਜਾ ਤੀਜਾ ਲੱਗਦੀ ਹਨਾ ਵੀਰੇ, ਦੂਜਾ ਹੋਊਗੀ, ਦੂਜਾ ਸੂਆ ਥਾਣਾ ਹੱਥੀ ਚਵਾਈ ਵਾਲਾ ਜਮਾ, ਹੱਥੀ ਚਵਾਈ ਸੋ ਥਾਣ, ਦੇਖੋ ਕਿਆ ਬਾਤ ਆ, ਪੂਰਾ ਸੋਹਣਾ ਸਾਫ ਸੁਥਰਾ ਥਾਣਾ, ਇਹਦੀ ਹਜੇ ਜੇਰ ਬਾਕੀ ਰਹਿੰਦੀ ਆ, ਪਿੱਛੇ ਬੱਚੀ ਆ ਸੂਈ ਸਵਾਈ ਆ ਜਮਾ। ਹਾਂਜੀ, ਤੇ ਆਹ ਲਾਟ ਖੜਾ ਬਾਹਰਲੇ ਪਾਸੇ ਹਨਾ, ਖੜਾ ਆਪਣੇ ਹਜੇ ਹੋਰ ਬੈਠਾ ਆਉਣਗੀਆਂ। ਠੀਕ ਹੈ, ਹੋਰ ਵੀ ਉਹਨੇ ਦੇਖ ਸਕਦੇ ਹੋਗੇ, ਜਿਹੜੇ ਬਹੁਤ ਖੜੀ ਦੇਖੀ, ਕੁਆਲਿਟੀ ਰਹਿ ਗਈ ਤੋੜਨ ਵਾਲੀ। ਇਹ ਸੂਆ ਕਿਹੜਾ ਸੁਣਦੀ ਹੈ ਜੀ? ਵੀਰੇ ਪਲੂਨ ਬੱਸੀ ਆ, ਚਾਰ ਦੰਦ, ਚਾਰ ਦੰਦ ਪਹਿਲਾ ਸੂਆ ਸੁਣਦੀ ਹੈ, ਪਹਿਲਾ ਸੂਆ ਇਹ ਵੀਰੇ ਪਲੂਨ ਹੀ ਚਵਾ ਰਿਆਂਗੇ ਆਪਾਂ, ਇਹਦਾ ਕੋਈ 28-29 ਕਿਲੋ ਦੁੱਧ, ਜਿਹੜੇ ਮੇਲੇ ਤੋਰਦੇ ਉਹ ਲੇਵਾ ਇਹਦੇ ਵੀਰੇ, ਤਾਂ ਹੀ ਇੱਕ ਸਾਈਡ ਤੇ ਕੱਢੀ ਆ ਇਹਦਾ ਲੇਵੇ ਲਈ, ਮੂੰਹ ਨੂੰ ਕੰਨੀਆਂ ਤੋਰ ਪੁੱਤ, ਸਰਪੰਚਾ ਵੀਰ ਜੀ ਤੋਰੋ ਮਾੜੀ, ਅੱਗੇ ਪਿੱਛੇ ਦਾ ਲੇਵਾ ਫਿੱਟ ਪਾਟ ਹਨਾ। ਹਾਂਜੀ, ਟਰਾਂਸਪੋਰਟ ਦੀ ਸੁਵਿਧਾ ਸਾਰੀ ਆ, 13 ਰੁਪਏ ਕਿਲੋਮੀਟਰ ਪੰਜਾਬ ਪੰਜਾਬ ਦਾ, ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਆ, ਸਵੈਮ ਮਸ਼ੀਨਾਂ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਸਾਰੇ ਪੇਮੈਂਟ ਚੱਕੀ ਜਾਊਗੀ, ਕਿਸੇ ਗੱਲੋਂ ਭਰਾਉਣ ਦੀ ਲੋੜ ਨਹੀਂ ਗੀ, ਅੱਗੋ ਪਿੱਛੋਂ ਆਉਣਾ ਵੀਰੇ ਜਾਣੇ ਦੀ ਗੇੜਾ ਪੈਂਦਾ, ਸਾਨੂੰ ਫੋਨ ਲਾ ਕੇ ਆਉਣਾ, 1 ਤਰੀਕ ਦਾ ਲਾਟ ਆ, ਉਹ 35 ਗਾਵਾਂ ਮਿਲਣਗੀਆਂ, ਬੇਚੈਂਤ ਹੋ ਕੇ ਵੀਰ ਆਉਣ, ਕੱਲਾ ਕੱਲਾ ਕਰਕੇ ਨਗ ਵੇਚਾਂਗੇ। ਠੀਕ ਹੈ, ਕਿਸੇ ਕਿਸਮ ਦੀ ਕੋਈ ਬੋਲੀ ਨਹੀਂ ਲੱਗਣੀ, ਜਿਹੜਾ ਮੇਰੇ ਵੀਰ ਨੇ ਇੱਕ ਨਗ ਮੰਗ ਲਿਆ, ਅੱਧਾ ਘੰਟਾ ਉਹਦੀ ਵੇਟ ਕਰਾਂਗੇ, ਉਨਾ ਚਿਰ ਆਪਾਂ ਕਿਸੇ ਨੂੰ ਕਹਾਂ ਬੋਲ ਨਹੀਂ ਕਰਦੇ, ਜਿੰਨੇ ਚਿਰ ਵੀਰ ਹਾਂ ਨਾ ਦਾ ਜਵਾਬ ਨਹੀਂ ਦਿੰਦਾ। ਜੈ ਗੱਲ,
ਤੇ ਬੱਸੀ ਬਾਸੀ ਵੀ ਇੱਕ ਵਾਰ ਹੋਰ ਦੇਖ ਲਓ ਤੇ ਤੁਹਾਨੂੰ ਵੀ ਢਿੱਲੋਂ ਸਾਹਿਬ ਦੱਸਦੀ ਹੋਊਗੀ ਮੈਂ ਕੀ ਚੀਜ਼ ਆ। ਚੰਗੀ ਆ ਜਾਵਾ, ਹਾਂ ਬਾਕੀ ਪਰਖ ਵਾਲੇ ਬੰਦੇ ਨੂੰ ਪਤਾ ਲੱਗਣਾ ਵੀ ਤੇ ਇਹਦਾ ਹੀ 90 ਦੁਬਾਰਾ ਆ ਗਈ ਅੰਦਰ ਹੀ ਦੇ ਦੇ 90 ਤੋਂ ਅੰਦਰ ਅੰਦਰ ਦੇ ਦੇ ਨਹੀਂ ਆਮ ਇਦਾਂ ਦੇ ਬੈਠਦਾ ਮੁੱਲ ਫਿਰ ਉਹਨਾਂ ਦਾ ਡੇਢ ਕਰਿਆ ਹੋ ਜਿੰਨਾ ਤੇ ਲੈਂਦੀ ਆ ਵੀਰੇ ਮੁੱਲ ਕੁਛ ਕਰੀ ਜਾਣ ਜਿੱਥੋਂ ਆਪਾਂ ਮਾਲ ਚੱਕਦੇ ਹਾਂ ਅਗਲੇ ਨੂੰ ਪਤਾ ਵੀ ਸੀਨੀ ਵਾਲੀ ਮਾਲ ਲਿਜਾਂਦਾ ਹੈਗਾ ਉੱਥੇ ਵੀਰੇ ਜਿਹੜੇ ਫਾਰਮ 'ਚ ਨਹੀਂ ਵੀ ਬੈਠਾਂ ਪਕਾਊ ਅੰਦਰ ਵੜ ਜਾਈਏ ਪਰਮਾਤਮਾ ਦੀ ਏਡੀ ਕਿਰਪਾ 2-4 ਬੈਠਾਂ ਵਿੱਚੋਂ ਸਾਂਡ ਕੇ ਕੱਢ ਹੀ ਲਈਦੀ ਆ। ਠੀਕ ਹੈ ਬਾਕੀ ਬੰਦਾ ਇੱਜ਼ਤ ਕਰਦਾ ਬਿਲਕੁਲ ਵੀਰੇ ਆਪਾਂ ਜਿਹੇ ਜਿਹੀ ਇੱਜ਼ਤ ਕਰ ਲਾਂਗੇ ਉਹੀ ਜਿਹੀ ਬੰਦਾ ਕਰ ਦੂਗਾ ਆਪਦੇ ਹੱਥੋਂ ਦੀ ਜੈ ਜੈ ਗੱਲ ਜੇ ਜਾ ਕੇ ਆਪਾਂ ਅਗਲੇ ਨਕਾਤੀਆਂ ਮਾਰੀ ਜਾਣੀਆਂ ਆਏ ਆ ਜੀ ਇਹ ਵਹਿਓ ਆ ਜੀ ਫਿਰ ਉੱਥੇ ਜੁੱਤੀਆਂ ਖਾਣ ਨੂੰ ਹੁੰਦੀਆਂ ਵੀਰੇ ਜੁੱਤੀਆਂ ਤੋਂ ਸਿਵਾ ਕੁਛ ਨਹੀਂ ਹੁੰਦਾ ਜੁੱਤੀਆਂ ਜਿੱਥੇ ਮਰਜ਼ੀ ਖਾ ਲਓ ਜਿੱਥੇ ਮਰਜ਼ੀ ਖਾ ਲਓ ਵੀਰੇ ਉਹ ਤਾਂ ਆਪਦੇ ਹੱਥ ਆ ਗਈ ਜੈ ਜੈ ਬਣਾਉਣੀ ਔਖੀ ਆ ਵੀਰੇ ਬਗਾੜ ਨੂੰ ਜੇ ਬਿੰਦ ਨੂੰ ਬਗਾੜ ਲਓ ਬਾਕੀ ਸਾਡੇ ਫਾਰਮ ਤੇ ਆਵੋਗੇ ਰਿਜ਼ਲਟ ਇੱਥੇ ਆ ਕੇ ਮਿਲੂਗਾ 1 ਤਰੀਕ ਨੂੰ ਆਓ ਭਾਅ ਬਿਲਕੁਲ ਵੀਰੇ ਹਜੇ ਸਾਫ ਨੇ 15 ਤੋਂ 20 ਦਿਨ ਬਾਅਦ ਭਾਅ ਤੇ ਜਾਊਗਾ 15 ਤੋਂ 20 ਹਜ਼ਾਰ ਜਿਹੜੇ ਵੀਰ ਨੇ ਘਰੋਂ ਦੁੱਧ ਪੀਣ ਨੂੰ ਲੈਣੀ ਆ ਵੀਰੇ ਆਦੀ ਬੈਡ ਲੈ ਲੈਣ ਜੈ ਗੱਲ ਹਾਂਜੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।